ਪੰਜਾਬੀ ਖਬਰਾਂ ਦੇ ਵਿੱਚ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ। ਕੈਨੇਡਾ ਤੋਂ ਪੰਜਾਬ ਪਹੁੰਚੇ ਮੈਂਬਰ ਪਾਰਲੀਮੈਂਟ ਸੁੱਖ ਧਾਲੀਵਾਲ ਨੇ ਇੱਥੇ ਕੁਝ ਗੱਲਾਂ ਸਾਂਝੀਆਂ ਕੀਤੀਆਂ ਨੇ ਉਹਨਾਂ ਨੇ ਕੈਨੇਡਾ ਬਾਰੇ ਅਤੇ ਉੱਥੇ ਦੀਆਂ ਇਮੀਗ੍ਰੇਸ਼ਨ ਨੀਤੀਆਂ ਬਾਰੇ ਸਭ ਦੇ ਨਾਲ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ ਨੇ। ਸੁੱਖ ਧਾਲੀਵਾਲ ਦਾ ਕਹਿਣਾ ਕਿ ਕੈਨੇਡਾ ਇੱਕ ਖੁੱਲ੍ਹਾ ਡੁੱਲਾ ਮੁਲਕ ਹੈ ਅਤੇ ਉੱਥੇ ਹਰ ਆਉਣ ਵਾਲੇ ਨੂੰ ਜੀ ਆਇਆਂ ਕਿਹਾ ਜਾਂਦਾ ਅਤੇ ਭਾਵੇਂ ਉਹ ਕਿਸੇ ਵੀ ਮੁਲਕ ਨਾਲ ਸੰਬੰਧ ਰੱਖਦਾ ਹੋਵੇ, ਕਿਸੇ ਵੀ ਧਰਮ ਜਾਂ ਲਿੰਗ ਨਾਲ ਸੰਬੰਧ ਰੱਖਦਾ ਹੋਵੇ, ਉਸ ਨਾਲ ਕੋਈ ਵੀ ਭੇਦਭਾਵ ਨਹੀਂ ਕੀਤਾ ਜਾਂਦਾ। ਸੁੱਖ ਧਾਲੀਵਾਲ ਦਾ ਦੱਸਣ ਅਨੁਸਾਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕਹਿੰਦੇ ਨੇ ਕਿ ਵਿਭਿੰਨਤਾ ਹੀ ਕੈਨੇਡਾ ਦੀ ਏਕਤਾ ਅਤੇ ਉਹਨਾਂ ਦਾ ਮੰਨਣਾ ਕਿ ਜੇਕਰ ਉਹਨਾਂ ਨੇ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਤੌਰ 'ਤੇ ਤਰੱਕੀ ਕੀਤੀ ਆ ਤਾਂ ਵਿਭਿੰਨਤਾ ਕਈ ਤਰੀਕੇ ਨਾਲ ਸੰਭਵ ਹੋਈ ਹੈ। ਸੁੱਖ ਧਾਲੀਵਾਲ ਅਨੁਸਾਰ ਵਿਭਿੰਨ ਕਾਰਨਾਂ ਕਰਕੇ ਕੈਨੇਡਾ ਵਿੱਚ ਹਰ ਸਾਲ ਪ੍ਰਵਾਸੀ ਬੁਲਾਏ ਜਾਂਦੇ ਨੇ। ਇਹ ਕੈਨੇਡਾ ਦੀ ਆਰਥਿਕ ਨੀਤੀ ਬਣ ਚੁੱਕੀ ਹੈ ਅਤੇ ਹਰ ਸਾਲ ਆਪਣੀ ਕੁੱਲ ਆਬਾਦੀ ਦਾ 1% ਭਾਵ 350,000 ਪ੍ਰਵਾਸੀਆਂ ਨੂੰ ਕੈਨੇਡਾ ਆਉਣ ਦਾ ਮੌਕਾ ਦਿੱਤਾ ਜਾਂਦਾ ਹੈ। ਜੇਕਰ ਨੌਜਵਾਨ ਇਮੀਗ੍ਰੈਂਟ ਆਉਣ ਤਾਂ ਹੋਰ ਵੀ ਚੰਗੀ ਗੱਲ ਆ। ਉਹਨਾਂ ਦੇ ਦੱਸਣ ਅਨੁਸਾਰ ਕੈਨੇਡਾ ਸਰਕਾਰ ਨੇ ਹੁਣ ਅਜਿਹਾ ਸਿਸਟਮ ਬਣਾ ਦਿੱਤਾ ਜਿਹਦੇ ਅਧੀਨ ਪ੍ਰਵਾਸੀ ਪਹਿਲਾਂ ਪੜ੍ਹਾਈ ਕਰਦੇ ਨੇ, ਫਿਰ ਉਹਨਾਂ ਨੂੰ ਵਰਕ ਪਰਮਿਟ ਮਿਲਦਾ ਜਿਸ ਦੇ ਨਾਲ ਇਮੀਗ੍ਰੈਂਟ ਬਣ ਜਾਂਦੇ ਨੇ। ਇਸ ਤੋਂ ਬਾਅਦ ਸਿਟੀਜ਼ਨਸ਼ਿਪ ਮਿਲ ਜਾਂਦੀ ਹੈ ਅਤੇ ਇਹਦੇ ਨਾਲ ਹੀ ਕੈਨੇਡਾ ਨੂੰ ਵੀ ਆਰਥਿਕ ਲਾਭ ਹੁੰਦਾ। ਪੜ੍ਹਨ ਵਾਲੇ ਵਿਦਿਆਰਥੀ ਨੂੰ ਹਫ਼ਤੇ ਵਿੱਚ 20 ਘੰਟੇ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ, ਜਿਸ ਤਰ੍ਹਾਂ ਵਿਦਿਆਰਥੀ ਕੁਝ ਆਰਥਿਕ ਸਹਾਰਾ ਉਹਨਾਂ ਨੂੰ ਮਿਲ ਸਕੇ। ਵਿਦਿਆਰਥੀ ਨੂੰ ਚੰਗੀ ਤਰ੍ਹਾਂ ਤਿਆਰੀ ਕਰਕੇ ਕੈਨੇਡਾ ਵਿੱਚ ਜਾਣਾ ਚਾਹੀਦਾ। ਕਾਗਜ਼ਾਤ ਦੀ ਗੱਲ ਕੀਤੀ ਜਾਵੇ ਜਾਂ ਫਿਰ ਗਲਤ ਸੂਚਨਾ ਉਹਨਾਂ ਨੂੰ ਨਹੀਂ ਦੇਣੀ ਚਾਹੀਦੀ ਹੈ ਅਤੇ ਜਾਲੀ ਸਰਟੀਫਿਕੇਟ ਨਹੀਂ ਬਣਾਉਣੇ ਚਾਹੀਦੇ। ਮਾਤਾ ਪਿਤਾ ਨੂੰ ਵੀ ਚਾਹੀਦਾ ਕਿ ਉਹ ਪੜ੍ਹਨ ਵਾਲੇ ਆਪਣੇ ਬੱਚਿਆਂ ਤੋਂ ਡਾਲਰ ਦੀ ਮੰਗ ਨਾ ਕਰਨ, ਸਗੋਂ ਉਹਨਾਂ ਨੂੰ ਪੜ੍ਹਨ ਦੇਣ ਅਤੇ ਸੁੱਖ ਧਾਲੀਵਾਲ ਦੇ ਦੱਸਣ ਅਨੁਸਾਰ ਉਹ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਅਤੇ ਸਿਵਲ ਇੰਜੀਨੀਅਰਿੰਗ ਡਿਗਰੀ ਕਰਕੇ ਗਏ ਸਨ ਅਤੇ ਉੱਥੇ ਹੀ ਉਹਨਾਂ ਨੇ ਉੱਚ ਵਿੱਦਿਆ ਹਾਸਲ ਕੀਤੀ ਹੈ ਅਤੇ ਉਹ ਉੱਥੇ ਦੇ ਐਸੋਸੀਏਸ਼ਨ ਦੇ ਮੈਂਬਰ ਵੀ ਨੇ ਅਤੇ ਉਹਨਾਂ ਦੇ ਸਮਾਗਮ ਵਿੱਚ ਔਰਤਾਂ ਦੀ ਹਾਜ਼ਰੀ 'ਤੇ ਵੀ ਪ੍ਰਸੰਨਤਾ ਜ਼ਾਹਰ ਕੀਤੀ ਅਤੇ ਉਹਨਾਂ ਦਾ ਕਹਿਣਾ ਕਿ ਸਾਡੇ ਸਮਾਜ ਵਿੱਚ ਔਰਤਾਂ ਵੀ ਮਰਦਾਂ ਦੇ ਬਰਾਬਰ ਨੇ। ਅਤੇ ਹੋਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ ਨਿਊਜ਼ ਵਾਲਾ .com ਦੇ ਨਾਲ।